ਈਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ। ਦੋਸਤੋ, ਕਰੰਟ ਇਸ਼ੂ ਦੇ ਵਿੱਚ ਗੱਲ ਕਰਾਂਗੇ ਕਰੋਨਾ ਵਾਇਰਸ ਨੂੰ ਲੈ ਕੇ। ਪੂਰਾ ਭਾਰਤ ਲੌਕ ਹੈ, ਇਹ ਤੁਹਾਨੂੰ ਪਤਾ ਹੀ ਹੈ ਕਿ ਘਰਾਂ ਦੇ ਬਾਹਰ ਕੁਛ ਵੀ ਨਹੀਂ ਇਹੋ ਜਿਹਾ ਦੇਖਣ ਨੂੰ ਮਿਲਦਾ ਜਿੱਥੇ ਸਾਨੂੰ ਝੁੰਡ ਦੇ ਰੂਪ ਵਿੱਚ ਹੋਵੇ। ਲੇਕਿਨ ਫਿਰ ਵੀ ਕਿਤੇ ਨਾ ਕਿਤੇ ਕੁਛ ਇੱਕ ਮਜਬੂਰ ਲੋਕ ਨੇ ਜਿਹੜੇ ਸ਼ਾਇਦ ਰੋਟੀ ਤੋਂ ਮਤਲਬ ਆਵਾਜ਼ਾਰ ਨੇ, ਉਹ ਲੋਕ ਜ਼ਰੂਰ ਸੜਕਾਂ 'ਤੇ ਆਪਾਂ ਨੂੰ ਮਾੜੇ ਮੋਟੇ ਨਜ਼ਰ ਆ ਰਹੇ ਨੇ। ਲੇਕਿਨ ਸਰਕਾਰ ਵੱਲੋਂ ਪੂਰਾ ਅਹਿਤਿਆਤ ਵਰਤਿਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਆਪਾਂ, ਬਹੁਤ ਸਾਰੇ ਦੋਸਤਾਂ ਦੇ ਫੋਨ ਆਉਂਦੇ ਆ ਕਿ ਸੋਮ ਜੀ ਆਪਾਂ ਭਾਰਤ ਪੰਜਾਬ ਦੀ ਗੱਲ ਕਰਦੇ ਹਾਂ, ਸਾਨੂੰ ਬਾਹਰਲੇ ਮੁਲਕਾਂ ਬਾਰੇ ਵੀ ਦੱਸੋ, ਆਖਰ ਬਾਹਰਲੇ ਮੁਲਕਾਂ ਦੀ ਕੀ ਪੋਜੀਸ਼ਨ ਹੈ। ਅਤੇ ਦੋਸਤੋ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ, ਆਸਟ੍ਰੇਲੀਆ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਮੈਲਬੌਰਨ ਤੋਂ ਹਿਮਾਂਸ਼ੂ ਸ਼ਰਮਾ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਪ੍ਰੈਜੈਂਟ ਪੋਜੀਸ਼ਨ ਕੀ ਹੈ। ਔਰ ਆਸਟ੍ਰੇਲੀਆ ਤੋਂ ਬਾਅਦ ਆਪਾਂ ਚਲਾਂਗੇ ਇਟਲੀ, ਜਿੱਥੇ ਪੂਰੀ ਤਰ੍ਹਾਂ ਹੜਕੰਪ ਮਚਿਆ ਹੋਇਆ ਹੈ ਕਰੋਨਾ ਵਾਇਰਸ ਨੂੰ ਲੈ ਕੇ। ਉੱਥੋਂ ਵੀ ਸਾਡੇ ਨਾਲ ਮੈਡਮ ਸਿਮਰਨ ਜੀ ਜੁੜ ਚੁੱਕੇ ਨੇ, ਲੇਕਿਨ ਸਭ ਤੋਂ ਪਹਿਲਾਂ ਆਸਟ੍ਰੇਲੀਆ ਦੇ ਮੈਲਬੌਰਨ ਤੋਂ ਹਿਮਾਂਸ਼ੂ ਸ਼ਰਮਾ ਜੀ। ਹਿਮਾਂਸ਼ੂ ਸ਼ਰਮਾ ਜੀ, ਸਭ ਤੋਂ ਪਹਿਲਾਂ ਸਵਾਗਤ ਹੈ। ਬਿਲਕੁਲ ਠੀਕ ਠਾਕ ਹੈ। ਔਰ ਆਸਟ੍ਰੇਲੀਆ ਦੀ ਕੀ ਪ੍ਰੈਜੈਂਟ ਪੋਜੀਸ਼ਨ ਕੀ ਹੈ ਆਸਟ੍ਰੇਲੀਆ ਦੇ ਵਿੱਚ ਕਰੋਨਾ ਵਾਇਰਸ ਨੂੰ ਲੈ ਕੇ? ਹਾਂਜੀ, ਦੇਖੋ ਆਸਟ੍ਰੇਲੀਆ ਦੇ ਵਿੱਚ ਪ੍ਰੈਜੈਂਟ ਸਿਚੁਏਸ਼ਨ ਹੈ ਜਿਹੜੀ, ਉਹ ਦਿਨ ਬ ਦਿਨ ਕੇਸ ਵੱਧਦੇ ਜਾ ਰਹੇ ਨੇ। ਮਤਲਬ ਜਦੋਂ ਆਪਾਂ ਪਹਿਲਾਂ ਗੱਲ ਕੀਤੀ ਸੀ, ਆਪਾਂ ਕਿਹਾ ਸੀਗਾ ਵੀ 2600-2700 ਕੇਸ ਹੈ, ਜੋ ਅੱਜ ਸਿਰਫ ਦੋ ਤਿੰਨ ਦੇ ਵਿੱਚ 3700 ਕੇਸ ਤੇ ਪਹੁੰਚ ਗਿਆ ਜੀ, ਪੂਰੇ ਅੰਕੜੇ ਆਪਣੇ। ਮਤਲਬ ਕੇਸਿਸ ਆਪਣੇ ਵੱਧਦੀ ਜਾ ਰਹੇ ਨੇ, ਨੰਬਰ ਘੱਟ ਨਹੀਂ ਰਹੇ ਹੈਗੇ। ਸਭ ਤੋਂ ਜ਼ਿਆਦਾ ਜਿਹੜਾ ਇਫੈਕਟ ਪੈ ਰਿਹਾ ਕਰੋਨਾ ਵਾਇਰਸ ਦਾ, ਉਹ ਹੈਗਾ ਜੀ ਸਭ ਤੋਂ ਮਾੜਾ ਹਾਲ ਸਿਡਨੀ ਦੇ ਵਿੱਚ। ਸਿਡਨੀ ਦੇ ਵਿੱਚ ਇਕੱਲੇ ਦੇ ਵਿੱਚ 1500-1600 ਕੇਸ ਹੋ ਚੁੱਕੇ ਹੈ, ਤੇ ਮੈਲਬਰਨ ਦੇ ਵਿੱਚ ਆਪਣਾ ਕੱਲ ਨੂੰ 3 ਡੈਥਸ ਹੋ ਗਈਆਂ ਆਲਰੇਡੀ, 3 ਮੌਤਾਂ ਆਲਰੇਡੀ ਮੈਲਬਰਨ 'ਚ ਹੋ ਚੁੱਕੀਆਂ ਇੱਕ ਦਿਨ ਦੇ ਵਿੱਚ ਜੀ। ਤੇ ਮਤਲਬ ਹਾਲਾਤ ਉਰੇ, ਸਟੇਜ 2 ਦਾ ਕਰਫਿਊ ਲਾਇਆ ਸਰਕਾਰ ਨੇ, ਮਤਲਬ ਕਾਫੀ ਬਿਜ਼ਨਸ ਵਗੈਰਾ ਆਲਰੇਡੀ, ਹੋਸਪਿਟੈਲਿਟੀ ਵਗੈਰਾ ਦੇ ਕੈਫੇ, ਰੈਸਟੋਰੈਂਟ, ਜਿਮ ਵਗੈਰਾ, ਕਾਫੀ ਚੀਜ਼ਾਂ ਬੰਦ ਕਰਕੇ ਸਰਕਾਰ ਨੇ। ਰੋਜ਼ ਨਵੀਂ ਰਿਸਟ੍ਰਿਕਸ਼ਨ ਲੱਗ ਰਹੀ ਹੈ ਕੋਈ ਨਾ ਕੋਈ, ਜਿੱਥੇ ਤੱਕ ਮੈਨੂੰ ਲੱਗ ਰਿਹਾ ਭਾਜੀ, ਤੇ ਇਹ ਅੱਗੇ ਨੀ ਅੱਗੇ ਸਟੇਜ 3 ਦਾ ਪੂਰਾ ਮੈਲਬਰਨ ਲੋਕਡਾਊਨ ਹੋ ਸਕਦਾ। ਸਿਰਫ ਤੁਸੀਂ ਬਸ ਕਰਦੇ ਹੋ ਬਾਹਰ, ਗਰੋਸਰੀ ਲੈ ਕੇ ਜਾ ਆਪਣੀ ਲੈ ਕੇ ਆ ਸਕਦੇ ਹੋ, ਜਿੱਥੇ ਦਵਾਈ ਬੁੱਟੀ ਲੈਣੇ, ਡਾਕਟਰ ਕੋਲ ਜਾਣਾ, ਸਿਰਫ ਇੰਨਾ ਕੀ ਅਲਾਊਡ ਕਰਦਾ, ਜਿਸ ਤਰ੍ਹਾਂ ਹਾਲਾਤ ਉਰੇ ਬਦਤਰ ਹੁੰਦੇ ਜਾ ਰਹੇ। ਅੱਛਾ ਹਿਮਾਂਸ਼ੂ ਜੀ, 3 ਸਟੇਜਾਂ ਦਾ ਕੀ ਜ਼ਿਕਰ ਹੈ? 3 ਸਟੇਜਾਂ, ਪਹਿਲੀ ਸਟੇਜ 'ਚੋਂ ਆਪਾਂ ਗੁਜ਼ਰ ਰਹੇ ਹਾਂ, ਸੈਕਿੰਡ ਸਟੇਜ ਆਉਣੀ ਹੈ ਔਰ ਥਰਡ ਆਉਣੀ ਹੈ, ਮਤਲਬ ਇਸ ਬਾਰੇ ਜ਼ਰੂਰ ਕਲੀਅਰ ਕਰ ਦਿਓ। ਭਾਜੀ, ਜਿਵੇਂ ਮੈਲਬਰਨ ਦੇ ਵਿੱਚ 3 ਸਟੇਜਾਂ, ਪਹਿਲੀ ਸਟੇਜ ਆਲਰੇਡੀ ਨਿਕਲ ਚੁੱਕੀ ਹੈ, ਜਿਹਦੇ ਕਾਫੀ ਚੀਜ਼ਾਂ ਥੋੜੀਆਂ ਥੋੜੀਆਂ ਕਰਕੇ ਰਿਸਟ੍ਰਿਕਸ਼ਨ ਲੱਗੀਆਂ ਸੀ। ਹੁਣ ਜਿਹੜੀ ਆਪਾਂ ਜਿੱਥੇ ਸਰਕਾਰ ਨੇ, ਜਿੱਥੇ ਪਬਲਿਕ ਗੈਦਰਿੰਗ ਹੋ ਰਹੀ ਹੈ, ਠੀਕ ਹੈ, ਉਹਦੇ ਵਿੱਚ ਤੁਸੀਂ ਇਨਡੋਰ 25 ਬੰਦੇ ਹੋ ਸਕਦੇ। ਜੇ ਕਿਸੇ ਦੀ ਮੈਰਿਜ ਵੀ ਹੈ, ਮੈਰਿਜ 'ਚ ਸਿਰਫ 5 ਬੰਦੇ ਅਲਾਊਡ ਹੈ। ਜੇ ਕਿਸੇ ਦੀ ਫਿਊਨਰਲ ਹੈ, ਕੋਈ ਮਰ ਜਾਂਦਾ, 10 ਬੰਦੇ ਅਲਾਊਡ ਹੈ ਉੱਥੇ, ਠੀਕ ਹੈ ਜੀ। ਬੀਚ 'ਤੇ ਵੀ ਜਾ ਸਕਦੇ, ਬੀਚ 'ਚ ਬੰਦ ਕਰਤੀ, ਜਿੱਥੇ ਪਬਲਿਕ ਗੈਦਰਿੰਗ ਹੈ ਉੱਥੇ ਤੁਸੀਂ, ਉੱਥੇ ਕੱਖ ਨਹੀਂ ਹੋ ਸਕਦਾ। ਤੇ ਜਿਹੜੀ ਚੀਜ਼ਾਂ ਦੀ ਲੋੜ ਹੀ ਤੁਸੀਂ ਕਰੋਗੇ, ਰੈਸਟੋਰੈਂਟ ਦੇ ਵਿੱਚ ਤੁਸੀਂ ਸਿਰਫ ਖਾਣਾ ਟੇਕ ਅਵੇ ਕਰ ਸਕਦੇ, ਅੰਦਰ ਬਹਿ ਕੇ ਨਹੀਂ ਖਾ ਸਕਦੇ। ਕਸੀਨੋ ਬੰਦ ਹੋਊਗਾ, ਜਿਹੜਾ ਸਭ ਤੋਂ ਵੱਡਾ ਹੱਬ ਵੀ ਮੰਨਿਆ ਜਾਂਦਾ, ਕਿ ਲੋਕੀ ਕਸੀਨੋ ਬਹੁਤ ਜਾਂਦੇ ਨੇ, ਠੀਕ ਹੈ ਜੀ। ਤੇ ਆਪਾਂ ਹਾਲੇ ਫਿਲਹਾਲ ਸਟੇਜ 2 ਦੇ ਵਿੱਚ ਆ, ਤੇ ਜੇ ਸਟੇਜ 3 ਆਪਾਂ ਕਹੀਏ, ਮਤਲਬ ਉਹਨੂੰ ਆਪਾਂ ਇਹ ਕਹਾਂਗੇ ਪੂਰਾ ਲੋਕਡਾਊਨ ਹੋ ਜਾਊਗਾ। ਜੇ ਕੋਈ ਜ਼ਰੂਰੀ ਕੰਮ ਆ, ਤੁਸੀਂ ਗਰੋਸਰੀ ਲੈਣ ਜਾਣੀ ਹੈ, ਘਰ ਦਾ ਰਾਸ਼ਨ ਲੈਣ ਜਾਣਾ, ਦਵਾਈ ਲੈਣ ਜਾਣੀ ਹੈ, ਸਿਰਫ ਉਹ ਲੈਣ ਜਾ ਸਕਦੇ ਹੋ। ਮਤਲਬ ਤੁਹਾਨੂੰ ਤੁਸੀਂ ਪ੍ਰੋਪਰ ਤਰੀਕੇ ਨਾਲ, ਜੋ ਹਾਲਾਤ ਜਿਵੇਂ ਇੰਡੀਆ 'ਚ ਨੇ, ਪ੍ਰੋਪਰ ਕਰਫਿਊ ਲੱਗ ਗਿਆ ਆਪਣੇ, ਉਸ ਹਿਸਾਬ ਦਾ ਉਹਦੇ ਸੇਮ ਹੋ ਜੂਗੀ ਸਟੇਜ 3, ਉਹਨੂੰ ਕਹਿੰਦੇ। ਹਿਮਾਂਸ਼ੂ ਜੀ, ਜੇ ਆਪਾਂ ਵੈਸੇ ਕਰਫਿਊ ਦੀ ਗੱਲ ਕਰੀਏ, ਇੰਡੀਆ ਦੇ ਵਿੱਚੋਂ ਵੀ ਤੁਸੀਂ ਦੇਖਦੇ ਹੋ, ਪੰਜਾਬ ਦਾ ਵੀ ਕਰਫਿਊ ਦੇਖਦੇ ਆ,
ਇੰਡੀਆ ਔਰ ਪੰਜਾਬ ਦੇ ਕਰਫਿਊ ਦੇ ਔਰ ਆਸਟ੍ਰੇਲੀਆ ਦੇ ਕਰਫਿਊ ਦੇ ਵਿੱਚ ਕੁਛ ਨਾ ਕੁਛ ਫਰਕ ਹੈ ਕਿ ਇੱਥੇ ਵੀ ਰਾਹਤ ਦਿੱਤੀ ਜਾਂਦੀ ਹੈ ਕੁਛ ਘੰਟੇ ਦੇ ਵਿੱਚ, ਜਾਂ ਉਸ ਰਾਹਤ ਦੇ ਵਿੱਚ ਤੁਸੀਂ ਜਾ ਸਕਦੇ ਹੋ, ਜਾਂ ਸਮਾਨ ਦੇਣ ਵਾਲੇ ਤੁਹਾਡੇ ਘਰਾਂ ਤੱਕ ਪਹੁੰਚ ਰਹੇ ਨੇ ਆਸਟ੍ਰੇਲੀਆ ਦੇ ਵਿੱਚ? ਨਹੀਂ ਭਾਜੀ, ਦੇਖੋ ਇੱਥੇ ਕੋਈ ਫਿਲਹਾਲ ਇਹੋ ਜਿਹਾ ਕੋਈ ਡਿਲੀਵਰੀ ਸਿਸਟਮ ਵਾਲਾ ਕੰਮ ਨਹੀਂ ਹੈ ਕਿ ਹਾਂ ਵੀ ਤੁਹਾਨੂੰ ਤੁਹਾਨੂੰ ਇਹ ਰੋਕ ਨਹੀਂ ਸਕਦੇ ਕਿ ਜਾਣ ਤੋਂ ਤੁਸੀਂ ਆਪ ਤੁਹਾਨੂੰ ਆਪ ਹੀ ਜਾਣਾ ਪੈਂਦਾ ਰਾਸ਼ਨ ਪਾਣੀ ਲੈ ਕੇ, ਜੇ ਗਰੋਸਰੀ ਲੈਣੇ ਤੁਸੀਂ ਆਪ ਹੀ ਜਾਣਾ ਸ਼ੋਪ 'ਤੇ, ਜੀ ਔਨਲਾਈਨ ਕੰਪਨੀਆਂ ਨੇ ਕਈ ਜਿਹੜੀਆਂ ਔਨਲਾਈਨ ਡਿਲੀਵਰ ਵੀ ਕਰਦੀਆਂ, ਤੁਹਾਡੇ 'ਤੇ ਡਿਪੈਂਡ ਕਰਦਾ ਤੁਸੀਂ ਔਨਲਾਈਨ ਮੰਗਵਾਉਣਾ, ਪਰ ਇੰਨੀ ਜ਼ਿਆਦਾ ਸਿਕਨੈਸ ਸੀ ਕਿ ਤੁਸੀਂ ਫਿਰ ਵੀ ਆਪਣੀ ਗਰੋਸਰੀ ਜਾ ਕੇ ਬਾਏ ਕਰ ਸਕਦੇ ਹੋ। ਪਰ ਹਾਂ, ਜੇ ਜ਼ਿਆਦਾ ਹੀ ਹਾਲਾਤ ਬਦਲ ਗਏ, ਜ਼ਿਆਦਾ ਹੀ ਹਾਲਾਤ ਬਦਤਰ ਹੋ ਗਏ, ਤਾਂ ਫਿਰ ਮੈਨੂੰ ਲੱਗਦਾ ਜੇ ਪ੍ਰੋਪਰ ਲਾਕਡਾਊਨ, ਫਿਰ ਲੋਕਾਂ ਨੂੰ ਡਿਲੀਵਰੀ ਕਰਾਉਣਾ ਪੈਣਾ ਸਮਾਨ, ਕਿਉਂਕਿ ਜਿਹੜੀ ਇਹ ਬਿਮਾਰੀ ਹੈ ਭਾਜੀ ਇਹ ਹੁਣ ਏਅਰ ਦੇ ਵਿੱਚ ਆ ਗਿਆ ਵਾਇਰਸ, ਏਅਰ ਦੇ ਵਿੱਚ ਲੋਕਾਂ 'ਚ ਡਰ ਹੈ, ਲੋਕੀ ਬਾਹਰ ਨਿਕਲ ਹੀ ਨਹੀਂ ਰਹੇ। ਮੈਂ ਅੱਜ ਗਿਆ ਸੀ ਮਾਰਕੀਟ, ਗਰੋਸਰੀ ਲੈਣ, ਸੜਕਾਂ ਖਾਲੀ, ਸਭ ਕੁਝ ਬਿਜ਼ਨਸ ਠੱਪ ਪਏ ਨੇ, ਰੈਸਟੋਰੈਂਟ ਬੰਦ ਪਏ ਨੇ, ਲੋਕਾਂ 'ਚ ਇੱਕ ਡਰ ਆ ਗਿਆ ਤੇ ਲੋਕ ਆਪ ਹੀ ਕਰ ਰਹੇ ਨੇ ਬਾਹਰ ਜਾਣ। ਔਰ ਜੇ ਆਪਾਂ ਦੂਸਰੇ ਪਾਸੇ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਦੋ ਦੋ ਘੰਟੇ ਦਾ ਮਤਲਬ ਇਸ ਤਰ੍ਹਾਂ ਦਾ ਘਰ ਡੋਰ ਟੂ ਡੋਰ ਜਿਹੜੀ ਡਿਲੀਵਰੀ ਹੈ ਉਹ ਕਰ ਰਹੇ ਨੇ ਔਰ ਸਰਕਾਰ ਵੱਲੋਂ ਢਿੱਲ ਦਿੱਤੀ ਗਈ ਹੈ, ਔਰ ਕੀ ਲੱਗਦਾ ਤੁਹਾਨੂੰ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਜਾਂ ਕੋਈ ਇੱਥੇ ਵੀ ਸਿਸਟਮ ਹੋਣਾ ਚਾਹੀਦਾ? ਹਾਂਜੀ, ਇੱਥੇ ਕੋਈ ਐਵੇਂ ਨਹੀਂ ਹੈ ਕਿ ਤੁਹਾਨੂੰ ਇਹ ਕਹਿ ਦੇਣਗੇ ਵੀ ਤੁਸੀਂ ਦੋ ਘੰਟੇ ਲਈ ਤੁਹਾਨੂੰ ਢਿੱਲ, ਤੁਸੀਂ ਜੋ ਮਰਜ਼ੀ ਜਾ ਕੇ ਬਾਏ ਕਰੋ। ਉਰੇ ਜਿਹੜੀ ਇਹ ਜਗ੍ਹਾਵਾਂ ਨੇ, ਕਨਵੀਨੀਅੰਸ ਸਟੋਰ ਕਹਿੰਦੇ ਜਿਹਨੂੰ ਆਪਾਂ, ਇਹ ਤਾਂ ਖੁੱਲੇ ਹੀ ਰਹਿਣਗੇ, ਪਰ ਇਹਨਾਂ ਦੇ ਟਾਈਮ ਦੀ ਰਿਸਟ੍ਰਿਕਸ਼ਨ ਲਾਤੀ ਆਲਰੇਡੀ, ਜਿਵੇਂ ਪਹਿਲਾਂ ਖੁੱਲਦੇ ਸੀ ਸਵੇਰ ਦੇ 7 ਤੋਂ ਲੈ ਕੇ ਰਾਤ ਦੇ 12 ਵਜੇ ਤੱਕ, 10 ਵਜੇ ਤੱਕ, ਪਰ ਹੁਣ ਇਹਨਾਂ ਦੀ ਰਿਸਟ੍ਰਿਕਸ਼ਨ ਹੋ ਗਈ ਸਿਰਫ 6 ਤੋਂ ਲੈ ਕੇ ਸ਼ਾਮ ਦੇ 6 ਜਾਂ 8 ਵਜੇ ਤੱਕ ਖੁੱਲਣਗੇ। ਮਤਲਬ ਹੁਣ ਇਹਨਾਂ ਦੀ ਵੀ ਰਿਸਟ੍ਰਿਕਸ਼ਨ ਲੱਗ ਗਈ, ਜੇ ਅੱਗੇ ਹਾਲਾਤ ਵਿਗੜ ਗਏ ਤਾਂ ਇਹਨਾਂ ਦੀ ਟਾਈਮ ਲਿਮਿਟ ਹੋਰ ਘਟਾ ਦਿੱਤੀ ਜਾਏਗੀ, ਪਰ ਇਹਲੇ ਮਤਲਬ ਉਹ ਹਾਲਾਤ ਤੱਕ ਹਲੇ ਪਹੁੰਚੀ ਨਹੀਂ ਸੀ। ਜੇ ਆਸਟ੍ਰੇਲੀਆ ਗਵਰਨਮੈਂਟ ਦੀ ਗੱਲ ਕੀਤੀ ਜਾਵੇ ਤਾਂ ਕੁਛ ਮਤਲਬ ਕਿਸ ਤਰ੍ਹਾਂ ਦੇ ਹੋਰ ਭਵਿੱਖ ਦੇ ਵਿੱਚ ਕਦਮ ਚੁੱਕਣ ਦੀ ਲੱਗ ਰਹੀ ਹੈ ਕਿ ਇਸ ਤਰ੍ਹਾਂ ਦੇ ਕਦਮ ਵੀ ਚੁੱਕ ਸਕਦੀ ਹੈ ਆਸਟ੍ਰੇਲੀਆ ਗਵਰਨਮੈਂਟ? ਭਾਜੀ ਦੇਖੋ, ਜਿਸ ਹਿਸਾਬ ਦੇ ਹੁਣ ਅੱਜ ਦੇ ਟਾਈਮ 'ਚ ਹਾਲਾਤ ਨੇ ਤਾਂ ਉਹ ਹੁਣ ਮੇਰੇ ਹਿਸਾਬ ਨਾਲ ਉਹਨਾਂ ਨੂੰ ਸਟ੍ਰਿਕਟ ਐਕਸ਼ਨਸ ਲੈਣੇ ਪੈਣਗੇ, ਕਿਉਂਕਿ ਨੰਬਰ ਕਾਫੀ ਇੰਕਰੀਜ਼ ਹੋ ਗਏ। ਜੇ ਆਪਾਂ ਆਪਣੀ ਮੈਲਬਨ ਦੀ ਗੱਲ, ਇੱਕ ਰਾਤ ਦੇ ਵਿੱਚ ਮੈਲਬਨ ਦੇ ਵਿੱਚ ਕੱਲ੍ਹ 'ਚ 111 ਕੇਸ ਹੋ ਗਏ ਜੀ ਇੱਕ ਰਾਤ ਦੇ ਵਿੱਚ, ਹੈ ਨਾ, ਤੇ ਹੁਣ ਉਹ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ, ਕੈਬਨਿਟ ਦੀ ਮੀਟਿੰਗ ਹੋਣੀ ਹੈ, ਕੱਲ੍ਹ ਉਹ ਕਾਨਫਰੰਸ ਕਰਨਗੇ ਤਾਂ ਉਹ ਦੱਸਣਗੇ ਵੀ ਅੱਗੇ ਅਸੀਂ ਸਟ੍ਰਿਕਟ ਐਕਸ਼ਨ ਕਿਹੜੇ ਲੈਣੇ ਨੇ। ਤੇ ਬਾਕੀ ਉਹ ਟਾਈਮ ਟੂ ਟਾਈਮ ਜਿਹਨਾਂ ਦੀ ਜੋਬ ਛੁੱਟ ਗਈਆਂ, ਸਭ ਤੋਂ ਜ਼ਿਆਦਾ ਘਾਟਾ ਪਿਆ ਹੋਸਪਿਟੈਲਿਟੀ ਇੰਡਸਟਰੀ ਨੂੰ, ਏਅਰਲਾਈਨਸ ਨੂੰ, ਏਅਰਲਾਈਨਸ ਖੜੀਆਂ ਨੇ, ਜਹਾਜ਼ ਸਾਰੇ ਖੜੇ ਨੇ, ਉਹਨਾਂ ਨੇ ਉਹਨਾਂ ਲਈ ਕੋਈ ਪੈਕੇਜ ਅਨਾਊਂਸ ਕੀਤੇ ਕਿ ਜਿਹਨਾਂ ਕੋਲ ਜੋਬ ਨਹੀਂ ਹੈ ਉਹਨਾਂ ਨੂੰ ਮੰਥਲੀ ਫੋਰਟਨਾਈਟਲੀ ਉਹਨਾਂ ਨੂੰ ਪੈਸੇ ਵੀ ਉਹਨਾਂ ਦੇ ਅਕਾਊਂਟ 'ਚ ਟ੍ਰਾਂਸਫਰ ਹੋਣਗੇ। ਪਰ ਫਿਲਹਾਲ ਹਲੇ ਜੇ ਆਪਾਂ ਗੱਲ ਕਰੀਏ ਆਪਣੇ ਜ਼ਿਆਦਾ ਵੀਰ ਉਹਦੇ ਸਟੂਡੈਂਟਸ ਨੇ ਸਟੱਡੀ ਲਈ ਆਉਂਦੇ ਨੇ, ਉਹਨਾਂ ਲਈ ਹਲੇ ਫਿਲਹਾਲ ਸਰਕਾਰ ਨੇ ਕੁਛ ਨਹੀਂ ਕਿਹਾ। ਉਹਨਾਂ ਨੂੰ ਇਹ ਕਹਿੰਦਾ ਵੀ ਤੁਸੀਂ ਜਿਵੇਂ ਰੈਸਟ੍ਰਿਕਸ਼ਨ ਆ ਉਹਦੇ 40 ਘੰਟੇ ਕੰਮ ਕਰ ਸਕਦੇ ਹੋ, ਪਰ ਉਹਨਾਂ ਨੇ ਇਹ ਕਹਿੰਦਾ ਵੀ ਤੁਸੀਂ ਫੁੱਲ ਟਾਈਮ ਜਿੰਨੇ ਮਰਜ਼ੀ ਘੰਟੇ ਕੰਮ ਕਰ ਸਕਦੇ ਹੋ, ਇੰਨੀ ਛੋੜ ਦੇ ਦਿੱਤੀ, ਪਰ ਉਹਨਾਂ ਲਈ ਹਲੇ ਕੋਈ ਰਾਹਤ ਪੈਕੇਜ, ਕੋਈ ਉਹਨਾਂ ਦੇ ਅਕਾਊਂਟ 'ਚ ਕੁਛ ਪੇਮੈਂਟ ਵਗੈਰਾ ਵੀ ਹਲੇ ਕੋਈ ਪ੍ਰੋਮਿਸ ਨਹੀਂ ਹੋਇਆ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਪਣੇ ਹੋਰ ਕੰਟਰੀਆਂ 'ਚ ਆ ਰਹੇ। ਲੇਕਿਨ ਪੰਜਾਬ ਸਰਕਾਰ ਦੀ ਆਪਾਂ ਹਿਮਾਂਸ਼ੂ ਜੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਨੇ, ਪ੍ਰਸ਼ਾਸਨ ਨੇ, ਖਾਸ ਕਰਕੇ ਆਪਣੇ ਡਿਸਟ੍ਰਿਕਟ ਦੇ ਪ੍ਰਸ਼ਾਸਨ ਨੇ ਕੁਛ ਇੱਕ ਨੰਬਰ ਮਤਲਬ ਪਬਲਿਸ਼ ਕੀਤੇ ਆ, ਉਹਨਾਂ ਨੰਬਰਾਂ ਨੂੰ ਡਾਇਲ ਕਰਦੇ ਹੋ, ਸਾਡੇ ਘਰਾਂ ਦੇ ਵਿੱਚ ਆਪਣੇ ਆਪ ਉਸ ਟਾਈਮ ਦੇ ਵਿੱਚ ਡਿਲੀਵਰੀ ਜਿਹੜੀ ਪਹੁੰਚ ਜਾਂਦੀ ਹੈ, ਫਿਰ ਇੱਥੇ ਤਾਂ ਵੀ ਇਸ ਤੋਂ ਵੀ ਜ਼ਿਆਦਾ ਮੁਸ਼ਕਲ ਹੋ ਰਹੀ ਹੈ। ਦੇਖੋ ਭਾਜੀ, ਇੱਥੇ ਤਾਂ ਹੁਣ ਡਿਲੀਵਰੀ ਵਾਲਾ ਕਈ ਜਿਹੜੇ ਉਰੇ ਸੁਪਰ ਮਾਰਕੀਟਸ ਨੇ ਉਹਨਾਂ ਨੇ ਡਿਲੀਵਰੀ ਵਾਲਾ ਸਿਸਟਮ ਹੀ ਬੰਦ ਕਰਤਾ ਵੀ ਤੁਸੀਂ ਆਪ ਆਓ ਆਪਣਾ, ਪਰ ਇੱਥੇ ਐਵੇਂ ਹੈ ਕਿ ਜੇ ਤੁਸੀਂ ਆਪਣਾ ਬਾਏ ਕਰਨ ਜਾਂਦੇ ਹੋ, ਲੋਕੀ ਸੋਸ਼ਲ ਡਿਸਟੈਂਸਿੰਗ ਬਹੁਤ ਹੈ, ਇੱਕ ਦੂਜੇ ਤੋਂ 2-2 ਮੀਟਰ ਦੇ ਫਾਸਲੇ ਤੇ ਖੜਦੇ ਨੇ, ਐਵੇਂ ਨਹੀਂ ਹੈ ਕਿ ਸਾਰੇ, ਜੇ ਆਪਾਂ ਆਪਣੇ
ਮੇਰੇ ਹਿਸਾਬ ਨਾਲ ਆਪਣੇ ਜੋ ਉਹਨਾਂ ਨੇ ਡਿਲੀਵਰੀ ਵਾਲਾ ਸਿਸਟਮ ਸ਼ੁਰੂ ਕੀਤਾ ਤਾਂ ਵਧੀਆ, ਕਿਉਂਕਿ ਜੀ ਅੱਜ ਹਿਸਾਬ ਦੀ ਆਪਣੀ ਪਾਪੂਲੇਸ਼ਨ ਹੈ, ਸਾਰੀ ਦੁਕਾਨਾਂ ਤੇ ਜਾਣ ਲੱਗ ਗਏ, ਜਿਹੜੇ ਭੀੜ ਪੈ ਗਈ, ਸੋਸ਼ਲ ਡਿਸਟੈਂਸਿੰਗ ਦਾ ਫਿਰ ਕੀ ਫਾਇਦਾ ਜੀ, ਉੱਥੇ ਇੱਕ ਦੂਜੇ ਤੋਂ ਦੂਰੀ ਕਿਵੇਂ ਬਣਾ ਕੇ ਰੱਖਣਗੇ। ਇਸ ਲਈ ਮੇਰੇ ਹਿਸਾਬ ਨਾਲ ਇੰਡੀਆ ਦੇ ਵਿੱਚ ਡਿਲੀਵਰੀ ਵਾਲਾ ਸਿਸਟਮ ਕਿਤੇ ਹੱਦ ਤੱਕ ਕਾਮਯਾਬ ਹੈ, ਪਰ ਆਸਟ੍ਰੇਲੀਆ ਦੇ ਵਿੱਚ ਹਲੇ ਜਿਵੇਂ ਅਸੀਂ ਜਾਂਦੇ ਹਾਂ ਲੈਣ, ਉਹ ਹਲੇ ਉਰੇ ਉੱਥੇ ਤੱਕ, ਕਿਉਂਕਿ ਉਰੇ ਆਨਲਾਈਨ ਡਿਲੀਵਰੀ ਵਾਲਾ ਕੋਈ ਕੰਮ ਨਹੀਂ ਹੈਗਾ ਫਿਲਹਾਲ, ਸਾਨੂੰ ਆਪ ਜਾਣਾ ਪੈਂਦਾ। ਹਿਮਾਂਸ਼ੂ ਜੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਏਵਨ ਪੰਜਾਬੀ ਚੈਨਲ ਨਾਲ ਗੱਲਬਾਤ ਕੀਤੀ ਹੈ। ਸਿਮਰਨ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਸ਼ੁਕਰੀਆ ਏਵਨ ਪੰਜਾਬੀ ਦਾ, ਮੈਂ ਸ਼ੁਕਰੀਆ ਕਰਦੀ ਹਾਂ ਕਿ ਉਹ ਕੋਰੋਨਾ ਵਾਇਰਸ ਦੇ ਲਈ ਅਵੇਅਰਨੈਸ ਜਿਹੜੀ ਦੇ ਰਹੇ ਨੇ, ਤੇ ਮੈਂ ਤਿਆਰ ਹਾਂ, ਤੁਸੀਂ ਜਾਣਕਾਰੀ ਲੈ ਸਕਦੇ ਹੋ, ਪੁੱਛ ਸਕਦੇ ਹੋ। ਮੈਡਮ ਇਟਲੀ ਦੀ ਪ੍ਰੈਜ਼ੈਂਟ ਪੋਜੀਸ਼ਨ ਕੀ ਹੈ? ਇਟਲੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਜੋ ਕੋਰੋਨਾ ਵਾਇਰਸ ਨੇ ਹੜਕੰਪ ਮਚਾਇਆ ਹੋਇਆ ਹੈ ਪੂਰੀ ਦੁਨੀਆ ਜਾਣਦੀ ਹੈ, ਲੇਕਿਨ ਪ੍ਰੈਜ਼ੈਂਟ ਪੋਜੀਸ਼ਨ ਕੀ ਹੈ ਇਟਲੀ ਦੀ? ਐਕਚੁਅਲੀ ਰਾਈਟ ਨਾਓ ਤੇ ਇਟਲੀ ਦੇ ਵਿੱਚ ਜਿਹੜਾ ਹੈਗਾ ਕੁਆਈਟ ਹੈ ਬਿਲਕੁਲ, ਕਿਉਂਕਿ ਇੱਥੇ ਕਾਫੀ ਜ਼ਿਆਦਾ ਇਹਨਾਂ ਨੇ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ। ਰਿਜ਼ਲਟ ਆਉਂਦੇ ਹਮੇਸ਼ਾ ਟਾਈਮ ਲੱਗਦਾ। ਕੁਛ ਦਿਨ ਪਹਿਲਾਂ ਇੱਥੋਂ ਚਾਈਨਾ ਤੋਂ ਟੀਮ ਆਈ ਸੀ, ਕਿਉਂਕਿ ਚਾਈਨਾ ਨੇ ਦਾਅਵਾ ਕੀਤਾ ਕਿ ਸਾਡੇ ਇੱਥੇ ਇੱਕ ਵੀ ਹੁਣ ਨਵਾਂ ਕੇਸ ਨਹੀਂ ਆਇਆ, ਤੇ ਚਾਈਨਾ ਦੇ ਜੇ ਅਸੀਂ ਹੁਣ ਅਪਡੇਟ ਦੇਖੀਏ ਤਾਂ ਉੱਥੋਂ ਦੇ ਜਿਹੜੇ ਹੋਸਪਿਟਲਸ ਆ ਉਹ ਖਾਲੀ ਹੋ ਚੁੱਕੇ ਨੇ ਜੀ। ਤੇ ਇੱਧਰ ਹੁਣ ਉਹਨਾਂ ਦੀ ਟੀਮ ਚਾਈਨਾ ਦੀ ਆਈ ਆ, ਕੁਛ ਦਿਨ ਪਹਿਲਾਂ ਉਹਨਾਂ ਨੇ ਕੰਟਰੋਲ ਕਰਨਾ ਸ਼ੁਰੂ ਕੀਤਾ, ਤੇ ਕੱਲ ਰੀਸੈਂਟਲੀ ਜਿਹੜੀ ਹੁਣ ਨਵੀਂ ਅਪਡੇਟ ਆਈ ਆ ਉਹਦੇ ਅਨੁਸਾਰ 925 ਲੋਕ ਹੋਸਪਿਟਲ ਤੋਂ ਵਿਦਾ ਕੀਤੇ ਗਏ ਨੇ ਠੀਕ ਕਰਕੇ। ਬਹੁਤ ਅੱਛਾ, ਇਹ ਜਿਹੜੀ ਪਹਿਲੀ ਨਿਊਜ਼ ਜਿਹੜੀ ਸਾਨੂੰ ਜਿਹੜੀ ਪੋਜ਼ਿਟਿਵ ਮਿਲੀ ਆ ਉੱਥੋਂ ਦੀ, ਤੇ ਉਸ ਤੋਂ ਬਾਅਦ ਫਿਰ ਮੈਂ ਕੁਛ ਜਿਹੜੀ ਰਿਲੇਟਿਵਸ ਹੈਗੇ ਆ ਉਹਨਾਂ ਨਾਲ ਵੀ ਮੈਂ ਗੱਲ ਕੀਤੀ ਹੈ, ਕਿਉਂਕਿ ਮੈਂ ਬਿਲਕੁਲ ਇਟਲੀ ਦੇ ਲਾਗੇ ਕੰਟਰੀ ਦੇ ਵਿੱਚ ਹੀ ਹੈਗੀ ਆ, ਉਹਦੇ ਵਿੱਚ ਬਾਰਡਰ ਨਹੀਂ ਹੈਗਾ ਸਗੋਂ ਮੇਰੇ ਕੰਟਰੀ ਤੇ ਉਸ ਕੰਟਰੀ ਦੇ ਵਿੱਚ, ਤੇ ਮੈਂ ਪੁੱਛਿਆ ਤੇ ਉਹ ਕਹਿੰਦੇ ਵੀ ਇੱਥੇ ਇਸ ਵਕਤ ਇੰਨੇ ਵਧੀਆ ਹਾਲਾਤ ਹੋ ਚੁੱਕੇ ਨੇ, ਇੰਨੀ ਇੱਥੇ ਹੁਣ ਕੀ ਕਹਿੰਦੇ ਦਵਾਈਆਂ ਦਾ ਛਿੜਕਾਓ ਹੋ ਰਿਹਾ, ਕਰਫਿਊ ਟਾਈਪ ਇੱਥੇ ਹੋਇਆ ਪਿਆ, ਬਿਲਕੁਲ ਲੋਕਾਂ ਨੂੰ ਬਾਹਰ ਨਹੀਂ ਨਿਕਲਣ ਦੇ ਦਿੱਤਾ ਜਾ ਰਿਹਾ, ਸਭ ਕੁਛ ਵਧੀਆ ਤਰੀਕੇ ਨਾਲ ਹੋ ਰਿਹਾ ਔਰ ਕਾਫੀ ਜ਼ਿਆਦਾ ਕੰਟਰੋਲ ਕੀਤਾ ਜਾ ਰਿਹਾ ਇੱਥੇ। ਔਰ ਸਿਮਰਨ ਜੀ ਵੱਡੀ ਗੱਲ ਹੈ ਕਿ ਇਟਲੀ ਦੇ ਜਿਹੜੇ ਪਿੰਡ ਨੇ, ਕੁਛ ਇੱਕ ਏਰੀਆ ਹੈ ਜਿਹੜਾ ਕਿ ਬਿਲਕੁਲ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਨਹੀਂ ਹੈ, ਉੱਥੇ ਦੇ ਲੋਕ ਸ਼ਰੇਆਮ ਕੰਮਕਾਰ ਕਰ ਰਹੇ ਨੇ, ਕਿਹੜਾ ਇਹ ਇਲਾਕਾ ਆ ਜਿਹੜਾ ਇਲਾਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਇਸ ਸਮੇਂ? ਇਸ ਸਮੇਂ ਜੇ ਸਭ ਤੋਂ ਜ਼ਿਆਦਾ ਜਿਹੜਾ ਅਸੀਂ ਕਹਾਂਗੇ ਪ੍ਰਭਾਵਿਤ ਹੋ ਰਿਹਾ ਉਹ ਹੈਗਾ ਲੰਬੋਡੀਆ ਤੇ ਵੈਨੇਟੋ ਹੈਗਾ ਜਿਹੜਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ, ਜਿੱਥੇ ਸਭ ਤੋਂ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਵੀ ਇਸ ਬਿਮਾਰੀ ਨੇ ਇਫੈਕਟ ਕੀਤਾ, ਕਿਉਂਕਿ ਇਹ ਸਭ ਤੋਂ ਜ਼ਿਆਦਾ ਟੂਰਿਸਟ ਏਰੀਆ ਲਗਾ ਲਓ, ਸੈਕਿੰਡ ਐਜੂਕੇਸ਼ਨਲ ਪਾਰਟ ਦੇ ਵਿੱਚ, ਤੀਜਾ ਇੱਥੇ ਜਿਹੜੀ ਹੈਗੀ ਆ ਆਪਣਾ ਤੁਸੀਂ ਇਹ ਲਗਾ ਲਓ ਵੀ ਹਿਸਟੋਰੀਕਲ ਚੀਜ਼ਾਂ ਵੀ ਇੱਥੇ ਹੀ ਸਭ ਤੋਂ ਜ਼ਿਆਦਾ ਆਪਾਂ ਨੂੰ ਪਾਏ ਜਾਂਦੇ ਆ ਸਥਾਨ ਜਿਹੜੇ ਹੈਗੇ ਆ, ਤੇ ਇਸ ਕਰਕੇ ਇੱਥੇ ਹੀ ਕਰਾਊਡ ਜ਼ਿਆਦਾ ਹੋਣ ਕਰਕੇ ਕੁਛ ਇਹਨਾਂ ਨੇ ਪਿੱਛੇ ਜੇ ਹੁਣ ਜਦੋਂ ਚਾਈਨਾ ਦੇ ਵਿੱਚ ਹੋਇਆ ਸੀ ਇਹ ਸਾਰਾ, ਉਦੋਂ ਇਹਨਾਂ ਨੇ ਇੰਨੀ ਅਵੇਅਰਨੈਸ ਨਹੀਂ ਦਿਖਾਈ ਸੀ, ਕੋਰੋਨਾ ਵਾਇਰਸ ਦੇ ਆਉਣ ਤੋਂ ਬਾਅਦ ਵੀ ਇਹਨਾਂ ਨੇ ਇੱਥੇ ਫੈਸਟੀਵਲ ਮਨਾਇਆ ਸੀ ਜਿਹਨੂੰ ਕਿ ਔਰੇਂਜ ਫੈਸਟੀਵਲ ਕਹਿੰਦੇ ਨੇ ਜੀ, ਤੇ ਉਸ ਫੈਸਟੀਵਲ ਦੇ ਵਿੱਚ ਇੰਨਾ ਕਰਾਊਡ ਹੁੰਦਾ ਵੀ ਇੱਕ ਦੂਜੇ ਤੋਂ ਔਰੇਂਜ ਫੇਂਕਦੇ ਹੁੰਦੇ ਨੇ, ਇੱਕ ਦੂਜੇ ਦੇ ਉੱਤੇ ਲੜਦੇ ਹੁੰਦੇ ਨੇ, ਵੀ ਜਿਵੇਂ ਆਪਾਂ ਸਪੈਨਿਸ਼ ਦੇ ਟਮਾਟੋ ਦਾ ਜਿਹੜਾ ਹੈਗਾ ਉਹ ਆਪਾਂ ਦੇਖਦੇ ਹਾਂ ਵੀ ਜਿਵੇਂ ਉੱਥੇ ਹੁੰਦਾ ਵੀ ਫੈਸਟੀਵਲ ਉਹਨਾਂ ਦਾ, ਤੇ ਇਹਨਾਂ ਨੇ ਇਸ ਫੈਸਟੀਵਲ ਦੇ ਵਿੱਚ ਇੰਨਾ ਜ਼ਿਆਦਾ ਕਰਾਊਡ ਹੁੰਦਾ ਕਿ ਕੋਰੋਨਾ ਵਾਇਰਸ ਤਾਂ ਉੱਥੇ ਮਤਲਬ ਨਾਰਮਲ ਜੀ ਗੱਲ ਆ, ਫਿਰ ਉਹਨੇ ਤਾਂ ਫੈਲਣਾ ਹੀ ਫੈਲਣਾ, ਤੇ ਇਹ ਜਿਹੜੀ ਇਹਨਾਂ ਨੇ ਇੱਥੇ ਗਲਤੀ ਕੀਤੀ ਸੀ ਉਹਦੇ ਕਰਕੇ ਇੱਥੇ ਜਿਹੜਾ ਕੋਰੋਨਾ ਵਾਇਰਸ ਦਾ ਕਹਿਰ ਜ਼ਿਆਦਾ ਹੋ ਗਿਆ। ਸਿਮਰਨ ਜੀ ਇੱਕ ਪ੍ਰਸ਼ਨ ਹੋਰ ਹੈ,
ਬਹੁਤ ਸਾਰੇ ਲੜਕੇ ਲੜਕੀਆਂ ਬਹੁਤ ਸਾਰੇ ਕੱਚੇ ਵੀ ਨੇ ਇੱਧਰ ਇੰਡੀਆ ਦੇ ਵਿੱਚੋਂ ਗਏ ਨੇ ਜਿਨ੍ਹਾਂ ਦੇ ਜੇ ਪਰਮਾਨੈਂਟ ਕਾਗਜ਼ ਨਹੀਂ ਬਣੇ, ਔਰ ਬਹੁਤ ਸਾਰੇ ਸਟੂਡੈਂਟਸ ਵੀ ਹੋਣਗੇ ਔਰ ਜਿਨ੍ਹਾਂ ਦੇ ਕੰਮਕਾਰ ਵੀ ਛੁੱਟ ਗਏ ਹੋਣਗੇ ਇਸ ਇਲਾਕੇ ਦੇ ਵਿੱਚ, ਕੀ ਜਿਹੜੇ ਇਸ ਟਾਈਮ ਟੋਟਲੀ ਬੇਰੁਜ਼ਗਾਰ ਨੇ, ਇਟਲੀ ਦੀ ਸਰਕਾਰ ਨੇ ਉਹਨਾਂ ਵਾਸਤੇ ਹੁਣ ਤੱਕ ਕੋਈ ਪੈਕੇਜ ਅਨਾਊਂਸ ਕੀਤਾ ਜਾਂ ਉਹਨਾਂ ਦੀ ਕੋਈ ਸਹਾਇਤਾ ਕਰਨ ਬਾਰੇ ਕੋਈ ਇਹੋ ਜਿਹੀ ਹੈ ਹੀ ਖਬਰ? ਦੇਖੋ ਜਿਹੜੇ ਇੱਥੇ ਵੀਜ਼ਾਜ਼ ਦੇ ਉੱਤੇ ਨੇ, ਸਪੋਜ਼ ਲਗਾ ਲਈ ਆਪਾਂ ਜਿਨ੍ਹਾਂ ਦਾ ਵੀਜ਼ਾ ਹੋ ਸਕਦਾ ਵੀ ਇਹਨਾਂ ਦਿਨਾਂ ਦੇ ਵਿੱਚ ਖਤਮ ਵੀ ਹੋ ਗਿਆ ਹੋਵੇ, ਤੇ ਉਹਨਾਂ ਲਈ ਆਟੋਮੈਟਿਕਲੀ ਇਹਨਾਂ ਨੇ ਪਹਿਲਾਂ ਹੀ ਕਹਿਤਾ ਸੀ ਵੀ 3 ਮਹੀਨੇ ਦਾ ਤੁਹਾਡਾ ਆਟੋਮੈਟਿਕ ਜਿਹੜਾ ਹੈਗਾ ਵੀਜ਼ਾ ਐਕਸਟੈਂਡ ਹੋ ਚੁੱਕਾ ਹੈ, ਆਟੋਮੈਟਿਕਲੀ ਹੀ ਉਹਨਾਂ ਨੇ ਕਰ ਦਿੱਤਾ ਸੀ, ਪਹਿਲਾਂ ਹੀ ਕਰ ਦਿੱਤਾ ਸੀ ਫਰਵਰੀ ਦੇ ਵਿੱਚ ਹੀ ਅਨਾਊਂਸ। ਬਾਕੀ ਰਹੇ ਜਿਹੜੇ ਇੰਪਲੋਇਮੈਂਟਸ ਨੇ ਇੱਥੇ, ਜਿਹੜੇ ਆਪਾਂ ਕਹਿੰਦੇ ਜਿਹੜੇ ਕੰਮਕਾਜ ਵਾਲੇ ਲੋਕ ਨੇ ਜਾਂ ਜਿਨ੍ਹਾਂ ਨੂੰ ਕੰਮਕਾਰ ਨਹੀਂ ਮਿਲ ਰਿਹਾ ਉਹਨਾਂ ਦੀ, ਦੇਖੋ ਜਿਹੜੇ ਲੋ ਤਾਂ ਲੋ ਹੀ ਨੇ, ਉਹ ਤਾਂ ਟੁੱਟਣ ਵਾਲੇ ਹੈ ਨੀਗੇ, ਪਰ ਜਿਹੜੇ ਇੰਪਲੋਇਰ ਨੇ ਇੱਥੇ ਉਹਨਾਂ ਨੂੰ ਕੁਛ ਫੈਸਿਲਿਟੀਆਂ ਦਿੱਤੀਆਂ ਗਈਆਂ ਨੇ, ਕੁਛ ਲੋਕਾਂ ਨੂੰ ਜਿਨ੍ਹਾਂ ਨੂੰ ਕੰਮ ਕਰਨਾ ਪੈ ਰਿਹਾ ਇਸ ਦੌਰਾਨ ਉਹਨਾਂ ਨੂੰ ਐਕਸਟਰਾ ਅਨਾਊਂਸ ਦਿੱਤਾ ਜਾ ਰਿਹਾ, ਤੇ ਕੁਛ ਸਰਕਾਰ ਨੇ ਇਹਨਾਂ ਨੂੰ ਮੰਥਲੀ ਜਿਹੜਾ ਆਪਾਂ ਕਹਿੰਦੇ ਹਾਂ ਵੀ ਬਜਟ ਸਪਲੀਮੈਂਟ ਬਜਟ ਜਿਹੜਾ ਹੈਗਾ ਉਹ ਦਿੱਤਾ ਹੈਗਾ ਲੋਕਾਂ ਨੂੰ ਵੀ ਅਸੀਂ ਤੁਹਾਨੂੰ ਫ੍ਰੀ ਆਫ ਕਾਸਟ ਜਿਹੜਾ ਸਪਲੀਮੈਂਟ ਬਜਟ ਹੈਗਾ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ। ਉੱਦਾਂ ਸਰਕਾਰ ਇੱਥੇ ਕਾਫੀ ਫੈਮਿਲੀਅਰ ਆ, ਇੱਥੇ ਕਾਫੀ ਜ਼ਿਆਦਾ ਅਵੇਅਰ ਆ ਇਸ ਗੱਲਾਂ ਬਾਰੇ, ਕਿਉਂਕਿ ਉਹਨਾਂ ਨੂੰ ਪਤਾ ਵੀ ਜਦੋਂ ਅਸੀਂ ਘਰ ਤੋਂ ਬਾਹਰ ਹੀ ਨਹੀਂ ਜਾਣ ਦੇ ਰਹੇ ਤਾਂ ਓਬਵੀਅਸਲੀ ਇਹਨਾਂ ਨੂੰ ਕੁਛ ਤਾਂ ਚਾਹੀਦਾ ਹੀ ਆ। ਲੋਕੀ ਬਾਲਕਨੀ ਚ ਖੜੇ ਹੋ ਕੇ ਆਪਣਾ ਐਂਟਰਟੇਨਮੈਂਟ ਕਰ ਰਹੇ ਆ, ਬਾਲਕਨੀਆਂ ਚ ਖੜੇ ਹੋਣ ਨੂੰ ਦੇ ਰਿਹਾ ਪਰ ਬਾਹਰ ਨਹੀਂ ਜਾਣ ਦੇ ਰਹੇ ਇੱਥੇ ਸਰਕਾਰ। ਸਿਮਰਨ ਜੀ, ਜੇ ਮਤਲਬ ਪੰਜਾਬ ਦੇ ਲੋਕਾਂ ਲਈ ਤੁਸੀਂ ਕੋਈ ਖਾਸ, ਕਿਉਂਕਿ ਇੱਧਰਲੇ ਕੁਛ ਰੂਲਸ ਦੇਖ ਕੇ ਕੁਛ ਪਬਲਿਕ ਦੀ, ਸਰਕਾਰ ਨੂੰ ਜਿਹੜਾ ਪਬਲਿਕ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ ਉਸ ਨੂੰ ਲੈ ਕੇ ਕੁਛ ਪੰਜਾਬ ਦੀ ਆਵਾਮ ਵਾਸਤੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਬਿਲਕੁਲ ਦੇਣਾ ਚਾਹੁੰਦੀ ਹਾਂ, ਕਿਉਂਕਿ ਇਟਲੀ ਨੇ ਬਹੁਤ ਵੱਡੀ ਗਲਤੀ ਕੀਤੀ ਸੀ ਜਿਹੜੀ ਉਹ ਰੁਕੇ ਨੀ, ਉਹ ਲੋਕ ਇਸ ਗੱਲ ਨੂੰ ਸੀਰੀਅਸ ਨੀ ਲਿਆ ਸੀ ਉਹਨਾਂ ਨੇ ਕੋਰੋਨਾ ਵਾਇਰਸ ਨੂੰ, ਕਿਉਂਕਿ ਇੱਕ ਇੱਕ ਛੂਤ ਦੀ ਬਿਮਾਰੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਜੇ ਇੱਕ ਡ੍ਰੋਪਲੇਟਸ ਹੁੰਦੇ ਆ ਜਿਵੇਂ ਆਪਾਂ ਕਫ ਕਰਦੇ ਆ, ਡ੍ਰੋਪਲੇਟਸ ਹੁੰਦੇ ਆ ਮੂੰਹ ਤੋਂ ਜਿਵੇਂ ਗਿਰਦੇ ਨੇ, ਉਹਦੇ ਨਾਲ ਹੀ ਜੇ ਬੰਦਾ ਐਡਾ ਬਿਮਾਰ ਹੋ ਜਾਂਦਾ ਹੈ। ਇਹਦੇ ਚ ਪ੍ਰੋਬਲਮ ਸਭ ਤੋਂ ਵੱਡੀ ਕੀ ਹੈ, ਵੈਸੇ ਤਾਂ ਛੂਤ ਦੀ ਬਿਮਾਰੀ ਅਸੀਂ ਦੇਖੀਏ ਤਾਂ ਇੱਕ ਜ਼ੁਕਾਮ ਵੀ ਛੂਤ ਦੀ ਬਿਮਾਰੀ ਹੈ ਜੀ, ਜਿਵੇਂ ਕੋਲਡ ਹੋ ਜਾਂਦਾ, ਪਰ ਇਹ ਇਹ ਇਹਦੇ ਵਿੱਚ ਤੇ ਉਹਦੇ ਵਿੱਚ ਫਰਕ ਕੀ ਆ, ਫਰਕ ਇਹ ਆ ਵੀ ਜਿਹੜੀ ਇਹ ਬਿਮਾਰੀ ਹੈ ਇਹ ਸਿੱਧਾ ਲੰਗਸ ਨੂੰ ਪਕੜਦੀ ਹੈ ਤੇ ਲੰਗਸ ਨੂੰ ਇਹ ਕਰ ਦਿੰਦੀ ਹੈ ਛੰਨੀ, ਛੰਨੀ ਕਰ ਦਿੰਦੀ ਹੈ ਤੇ ਇਹ ਤੁਸੀਂ ਇਹ ਲਗਾ ਲਓ ਇੱਕ ਗੁਬਾਰੇ ਦੇ ਵਿੱਚ, ਜੇ ਤੁਸੀਂ ਮੋਰੀ ਕਰ ਦੋ ਤੁਸੀਂ ਜਿੰਨੀ ਮਰਜ਼ੀ ਹਵਾ ਭਰੀ ਜਾਓ ਉਸ 'ਚ ਭਰੀ ਨੀ ਜਾਣੀ। ਬਿਲਕੁਲ। ਤੇ ਜਿਹੜੇ ਲੰਗਸ ਹੈ ਉਹਦੇ ਵਿੱਚ ਤੁਸੀਂ ਸਾਹ ਨਹੀਂ ਲੈ ਸਕਦੇ ਫਿਰ ਜਦੋਂ ਉਹਨੇ ਛੰਨੀ ਕਰਤਾ ਉਸ ਵਾਇਰਸ ਨੇ, ਜਿਹਦੇ ਕਰਕੇ ਇਨਸਾਨ ਨੂੰ ਵੈਂਟੀਲੇਟਰ ਤੇ ਜਾਣਾ ਪੈਂਦਾ, ਆਕਸੀਜਨ ਲੈਣੀ ਹੀ ਪੈਂਦੀ ਹੈ ਆਰਟੀਫਿਸ਼ਲ। ਤੇ ਜੇ ਇੱਥੇ ਆਪਾਂ ਕਹਿੰਦੇ ਹਾਂ ਵੀ ਜਿਹੜਾ ਇਟਲੀ ਹੈਗਾ ਇਟ ਇਜ਼ ਨੰਬਰ 1 ਇਨ ਹੈਲਥ ਅਵੇਅਰਨੈਸ, ਤੇ ਇੱਥੇ ਸਭ ਤੋਂ ਜ਼ਿਆਦਾ ਜਿਹੜੀ ਹੈਗੀ ਆ ਆਪਾਂ ਕਹਿੰਦੇ ਹਾਂ ਫੈਸਿਲਿਟੀਆਂ ਹੈਗੀਆਂ ਨੇ। ਇੰਡੀਆ ਵਰਗਾ ਜਿਹੜਾ ਇੰਡੀਆ ਵਰਗੀ ਕੰਟਰੀ ਹੈ ਜਿੱਥੇ ਫੈਸਿਲਿਟੀ ਛੱਡੋ ਜਿੱਥੇ ਬਿਲਕੁਲ ਵੀ ਅਵੇਅਰਨੈਸ ਨੀ ਹੈਗੀ ਕਿ ਅਸੀਂ ਆਪਣੇ ਆਪ ਨੂੰ ਕਲੀਨ ਰੱਖਣਾ ਹੈ, ਸਾਫ਼ ਸੁਥਰਾ ਰੱਖਣਾ ਹੈ, ਦੂਜਿਆਂ ਤੋਂ ਦੂਰ ਰੱਖਣਾ, ਤੇ ਇਹੋ ਜਿਹੀ ਕੰਟਰੀ ਦੇ ਵਿੱਚ ਜੇ ਕਰੋਨਾ ਆ ਜਾਂਦਾ ਤਾਂ ਉਹਨੇ ਹੜਕੰਪ ਮਚਾ ਦੇਣਾ, ਕਿਉਂਕਿ ਜਿੱਥੇ ਦੇਖੋ ਆਪਾਂ ਦੇਖਦੇ ਕਰਾਊਡ ਹੀ ਕਰਾਊਡ ਮਿਲਦਾ, ਮੰਡੀਆਂ ਚ ਦੇਖ ਲਓ ਤੁਸੀਂ, ਗੁਰਦੁਆਰੇ ਮੰਦਿਰਾਂ ਚ ਦੇਖ ਲਓ, ਹੋਰ ਜਿੱਥੇ ਜਾਓਗੇ ਉੱਥੇ ਕਰਾਊਡ ਹੀ ਕਰਾਊਡ ਹੈ, ਤੇ ਉੱਥੋਂ ਇਹ ਬਚ ਪਾਉਣਾ ਬਹੁਤ ਮੁਸ਼ਕਿਲ ਹੈ ਲੋਕਾਂ ਦਾ। ਇਟਲੀ ਵਰਗੇ ਦੇ ਪੀਐਮ ਨੇ ਹੱਥ ਖੜੇ ਕਰ ਦਿੱਤੇ ਸੀ, ਰੋਣ ਲੱਗ ਗਿਆ ਸੀ, ਕਹਿੰਦਾ ਮੇਰੇ ਹੱਥ ਵਸ ਹੁਣ ਕੁਛ ਵੀ ਨਹੀਂ ਹੈਗਾ, ਜੋ ਹੈਗਾ ਹੁਣ ਪਰਮਾਤਮਾ ਦੇ ਹੱਥ ਹੈ, ਤੇ ਤੁਸੀਂ ਸੋਚੋ ਇੰਡੀਆ ਦਾ ਹਾਲ ਕੀ ਹੋਣਾ। ਮੈਂ ਇਹੀ ਇੰਡੀਆ ਵਾਲਿਆਂ ਨੂੰ ਇਹੀ ਗੁਜ਼ਾਰਿਸ਼ ਕਰਾਂਗੀ ਕਿ ਆਪਣਾ ਧਿਆਨ ਰੱਖੋ ਘਰ ਦੇ ਅੰਦਰ, ਕੋਈ ਬਾਹਰ ਜਾ ਕੇ ਕੋਈ ਜ਼ਿਆਦੇ
ਤੁਸੀਂ ਬਹੁਤ ਘੁੰਮੇ ਹੋ ਬਾਹਰ, ਕੋਈ ਐਡੀ ਗੱਲ ਨੀ ਹੈਗੀ, ਇੰਡੀਆ ਚ ਕੁਛ ਨਵਾਂ ਨੀ ਆਇਆ ਹੈਗਾ, ਪਰ ਆਪਣਾ ਬਚਾਓ ਕਰਨ ਲਈ ਤੇ ਦੂਜਿਆਂ ਦੇ ਬਚਾਓ ਲਈ ਸਪੈਸ਼ਲ ਖਾਸ ਕਰਕੇ ਤੇ ਤੁਹਾਨੂੰ ਅੰਦਰ ਰਹਿਣਾ ਹੀ ਪਏਗਾ। ਸਿਮਰਨ ਜੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਇਟਲੀ ਤੋਂ ਏਵਨ ਪੰਜਾਬੀ ਚੈਨਲ ਨਾਲ ਗੱਲਬਾਤ ਕੀਤੀ ਹੈ, ਉੱਥੇ ਦੇ ਪ੍ਰੈਜ਼ੈਂਟ ਹਾਲਾਤਾਂ ਦੇ ਉੱਪਰ ਤੁਸੀਂ ਬੜਾ ਡੀਪਲੀ ਦੱਸਿਆ ਕਿ ਉੱਥੇ ਦੀ ਸਰਕਾਰ ਕੀ ਕਰ ਰਹੀ ਹੈ, ਔਰ ਖਾਸ ਕਰਕੇ ਉਹ ਜਿਹੜੇ ਪੰਜਾਬੀ ਇੱਧਰੋਂ ਰੋਜ਼ੀ ਰੋਟੀ ਕਮਾਉਣ ਵਾਸਤੇ ਗਏ ਨੇ ਲੇਕਿਨ ਜਾਂਦੇ ਹੀ ਇਹ ਬਿਮਾਰੀ ਦਾ ਜਿਹੜੀ ਇੱਕਦਮ ਵਾਇਰਲ ਹੋ ਗਈ, ਉਸ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਵਾਸਤੇ ਸਰਕਾਰ ਕੀ ਕਰ ਰਹੀ ਹੈ। ਬਹੁਤ ਬਹੁਤ ਮਿਹਰਬਾਨੀ ਸਿਮਰਨ ਜੀ, ਤੁਸੀਂ ਏਵਨ ਪੰਜਾਬੀ ਚੈਨਲ ਨਾਲ ਗੱਲਬਾਤ ਕੀਤੀ ਹੈ। ਸੋ ਦੋਸਤੋ, ਤੁਸੀਂ ਸੁਣਿਆ ਜੋ ਆਸਟ੍ਰੇਲੀਆ ਦੇ ਪ੍ਰੈਜ਼ੈਂਟ ਹਾਲਾਤ ਨੇ ਔਰ ਇਟਲੀ ਦੇ ਪ੍ਰੈਜ਼ੈਂਟ ਹਾਲਾਤ ਨੇ, ਲੇਕਿਨ ਗੱਲ ਉਹੀ ਹੈ ਕਿ ਸਾਨੂੰ ਅਜੇ ਵੀ ਬਹੁਤ ਜ਼ਿਆਦਾ ਅਹਿਤਿਆਤ ਵਰਤਣ ਦੀ ਜ਼ਰੂਰਤ ਹੈ, ਔਰ ਇਸ ਜ਼ਰੂਰਤ ਨੂੰ ਮਹਿਸੂਸ ਕਰਦੇ ਹੋਏ ਸਾਨੂੰ ਸਾਰਿਆਂ ਨੂੰ ਆਪਣੇ ਆਪਣੇ ਘਰਾਂ ਵਿੱਚ ਰਹਿਣਾ ਚਾਹੀਦਾ ਹੈ ਔਰ ਪ੍ਰਸ਼ਾਸਨ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ। ਇਹ ਸੀ ਹੁਣ ਤੱਕ ਦੀ ਅਪਡੇਟ, ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ।